ਇਹ ਵੀ ਕੋਈ ਗੱਲਾਂ ਜੀ ਮੁਹੰਮਦ ਬਿਨ ਕਾਸਿਮ ਨੂੰ ਇੱਕ ਜਨਾਨੀ ਦਾ ਇੱਥੋਂ ਬੱਚੀ ਦਾ ਖਤ ਗਿਆ ਸਿੰਧ ਚੋਂ ਕਿ ਰਾਜਾਦਾਰ ਦੇ ਗੁੰਡੇ ਜਿਹੜੇ ਨੇ ਮੇਰੇ 'ਤੇ ਹਮਲਾ ਕਰਨਾ ਚਾਹੁੰਦੇ ਨੇ ਜਾਂ ਉਹਨਾਂ ਹਮਲਾ ਕੀਤਾ ਹੈ ਅਤੇ ਮੁਹੰਮਦ ਬਿਨ ਕਾਸਿਮ ਉਹ ਪੜ੍ਹ ਕੇ ਤਾਂ ਨਹੀਂ ਕਿ ਹਮੇ ਔਰਤ ਕੀ ਖਾਤਰ ਇੱਕ ਜੰਗ ਛੇੜ ਦੇ ਔਰਤ ਦੀ ਖਾਤਰ ਅਸੀਂ ਸਮੁੰਦਰਾਂ 'ਤੇ ਸਫ਼ਰ ਕਰੀਏ ਸਾਡੇ ਕੋਲ ਜੰਗ ਦੇ ਸਮਾਨ ਕਿੱਥੋਂ ਜੇ ਸਾਨੂੰ ਇੰਝ ਹੋ ਜਾਏਗਾ ਫਿਰ ਅਸੀਂ ਮਰ ਜਾਵਾਂਗੇ ਇੱਕ ਔਰਤ ਦਾ ਖਤ ਗਿਆ ਕੋਈ ਤਾਕੀਕ ਨਹੀਂ ਕੀਤੀ ਮੁਸਲਿਮ ਔਰਤ ਦਾ ਖਤ ਗਿਆ ਮੁਹੰਮਦ ਬਿਨ ਕਾਸਿਮ ਨੇ ਆ ਕੇ ਸਿੰਧ ਦੀ ਜ਼ਮੀਨ ਹਿਲਾ ਕੇ ਰੱਖ ਉਹਨਾਂ ਕਹੋ ਗੈਰਤਮੰਦ ਬੱਚੀ ਦੇ ਤੂੰ ਮੁਸਲਮਾਨ ਹੈ ਤੂੰ ਸਾਡੀ ਜ਼ਰੂਰਤ ਕਿਵੇਂ ਹੋਈ ਰਾਜਾਦਾਰ ਦੇ ਪੁੱਤਰੋ ਉੱਥੋਂ ਚੱਲਦਿਆਂ ਚੱਲਦਿਆਂ ਮੁਲਤਾਨ ਤੱਕ ਆ ਕੇ ਉਹਦੀ ਤਲਵਾਰ ਨੇ ਇੰਝ ਗਾੜਿਆ ਲਾ ਇਲਾ ਇਲਾ ਮੁਹੰਮਦ ਗੱਲ ਕਰਨ ਵਾਲੀ ਕੋਈ ਕਰੋ ਸਾਡੇ ਨਾਲ ਕੋਈ ਗੱਲ ਇਸਲਾਮ ਦੀ ਤਾਰੀਖ ਹੈ ਪੂਰੀ ਅਬਦੁਲ ਮਲਿਕ ਬਿਨ ਮਰਵਾਨ ਤਖਤ ਉੱਤੇ ਬੈਠੇ ਸੀ ਫਾਰਿਸ ਦੇ ਕਿਲੇ ਉੱਤੇ ਇੱਕ ਮੁਸਲਮਾਨ ਗੁਜ਼ਰ ਰਿਹਾ ਸੀ ਅਤੇ ਉੱਥੇ ਇੱਕ ਈਸਾਈ ਨੇ ਇੱਕ ਮੁਸਲਮਾਨ ਔਰਤ ਦੀ ਤਰਫਾਂ ਹੱਥ ਬੜਾਇਆ ਉਹਨੇ ਕਿਹਾ ਕਿੱਧਰ ਗਏ ਅਬਦੁਲ ਮਲਿਕ ਬਿਨ ਮਰਵਾਨ ਦੇ ਘੋੜੇ ਮੈਨੂੰ ਤਾਂ ਇੱਕ ਈਸਾਈ ਮੇਰੀ ਤਰਫ ਜਨਾਬ ਹੱਥ ਵਧਾ ਰਿਹਾ ਉੱਥੋਂ ਮੁਸਲਮਾਨ ਉਹ ਚੱਲਿਆ ਅਤੇ ਅਬਦੁਲ ਮਲਿਕ ਤਖਤ ਉੱਤੇ ਬੈਠਿਆ ਸੀ ਉਹਨੇ ਆ ਕੇ ਦੱਸਿਆ ਕਿ ਉਹ ਫਾਰਿਸ ਦੇ ਕਿਲੇ ਉੱਤੇ ਇੱਕ ਈਸਾਈ ਉਹਨੇ ਮੁਸਲਮਾਨ ਔਰਤ ਦੀ ਤਰਫ ਹੱਥ ਇੰਝ ਵਧਾਇਆ ਅਤੇ ਉਹਨੇ ਤੈਨੂੰ ਪੁਕਾਰਿਆ ਉੱਠ ਕੇ ਖੜਾ ਹੋ ਗਿਆ ਤਲਵਾਰ ਲੈ ਕੇ ਕਹਿਣ ਲੱਗਾ ਲੱਭੈਕ ਯਾ ਉਸਤੀ ਕਹਿਣ ਲੱਗਾ ਮੇਰੀ ਭੈਣ ਮੈਂ ਆ ਰਿਹਾ 10,000 ਅਬਲ ਕੀ ਘੋੜੇ ਲੈ ਗਏ ਸੀ 10,000 ਅਤੇ ਪੂਰੀ ਫਾਰਿਸ ਦੀ ਜ਼ਮੀਨ ਹਿਲਾ ਕੇ ਉਹਨੇ ਰੱਖ ਦਿੱਤੀ ਉਹਨੇ ਕਿਹਾ ਜ਼ਰੂਰਤ ਕਿਵੇਂ ਹੋਈ ਤੁਹਾਡੀ ਤੁਸੀਂ ਇੱਕ ਮੁਸਲਮਾਨ ਔਰਤ ਦੀ ਤਰਫ ਹੱਥ ਵਧਾਇਆ